ਇਹ ਗੁਰਸਿੱਖੀ ਦਾ ਜੀਵਨ ਤਾਂ ਜੀ ਸਰਦਾ ਤੇ ਖੜਾ, ਮੰਨੋ ਤਾਂ ਰੱਬ ਹੈਗਾ ਨਹੀਂ, ਮੰਨੋ ਤਾਂ ਕੁਛ ਵੀ ਨਹੀਂ, ਮੰਨੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪ੍ਰਗਟ ਗੁਰਾਂ ਕੀਤੇ ਆ, ਜੇ ਨਾ ਮੰਨੋ ਤਾਂ ਕਾਗਜ਼ ਮੰਨੀ ਜਾਂਦੇ ਨੇ, ਮੰਨਣ ਚ ਕੀ ਹੈ? ਮੰਨਣ ਦੇ ਵਿੱਚ ਤਾਂ ਇਹ ਸਰੀਰ ਹੀ ਸਭ ਕੁਝ ਹੈ, ਮੰਨਣ ਦੇ ਵਿੱਚ ਤਾਂ ਇਹ ਸੰਸਾਰ ਹੀ ਸਭ ਕੁਝ ਹੈ, ਨਾ ਮੰਨੋ ਤਾਂ ਕੁਛ ਵੀ ਨਹੀਂ। ਸੁਪਨੇ ਜਿਉਂ ਸੰਸਾਰ ਪਤਾ ਹੀ ਨਹੀਂ ਲੱਗਦਾ, ਰਾਤ ਨੂੰ ਸੁੱਤਾ ਸਵੇਰੇ ਉੱਠੇ ਹੀ ਕੋਈ ਨਹੀਂ, ਜਿਹੜਾ ਕੱਲ ਹੱਸਦਾ ਫਿਰਦਾ ਸੀ ਅੱਜ ਹੱਸਦਾ ਹੀ ਨਹੀਂ, ਅੱਜ ਬੋਲਦਾ ਹੀ ਨਹੀਂ। ਕਦੇ ਤਾਂ ਆਨੰਦਪੁਰ ਦੇ ਮਹਿਲ ਨੇ, ਕਦੇ ਕੱਚੀਆਂ ਗੜੀਆਂ ਨੇ, ਕਦੇ ਸੋਚਿਆ ਸੀ ਸਾਹਿਬਜ਼ਾਦਿਆਂ ਨੇ। ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗੇ, ਬਾਬਾ ਫਤਿਹ ਸਿੰਘ ਨੇ ਬਾਬਾ ਅਜੀਤ ਸਿੰਘ ਨੂੰ ਇਹ ਗੱਲ ਕਹੀ ਸੀ ਕਿ ਵੀਰ ਜੀ ਆਪਾਂ ਵਾਪਸ ਦੁਬਾਰਾ ਮਿਲਾਂਗੇ, ਆਪਣਾ ਦੁਬਾਰਾ ਮਿਲਾਪ ਹੋਏਗਾ। ਬਾਬਾ ਅਜੀਤ ਸਿੰਘ ਜੀ ਕਹਿੰਦੇ ਜੇ ਅਕਾਲ ਪੁਰਖ ਨੇ ਚਾਹਿਆ ਜ਼ਰੂਰ ਹੋਏਗਾ, ਉਹਦੀ ਆਵਾਜ਼ ਤੋਂ ਹੀ ਸਮਝ ਗਏ ਕਿ ਆਪਾਂ ਮਿਲਣਾ ਕਦੇ ਨਹੀਂ। ਸਾਡੇ ਵਰਗੇ ਥੋੜੀ ਭਰਾ ਸੀ, ਉਹਨਾਂ ਦੇ ਤਾਂ ਪ੍ਰੇਮ ਹੀ ਬਹੁਤ ਸੀ, ਸਾੜਾ ਕੁਛ ਨਹੀਂ ਸੀ, ਇੱਕ ਦੂਜੇ ਦੇ ਵਿੱਚ ਕੋਈ ਵਿਰੋਧਤਾ ਨਹੀਂ ਸੀ। ਵੀਰ ਜੀ ਦੁਬਾਰਾ ਮਿਲਾਂਗੇ, ਕਹਿੰਦੇ ਅਕਾਲ ਪੁਰਖ ਨੇ ਚਾਹਿਆ ਮਿਲਾਂਗੇ। ਬਾਬਾ ਫਤਿਹ ਸਿੰਘ ਦੀ ਉਮਰ ਇਤਿਹਾਸ ਦੱਸਦਾ 5.5 ਸਾਲ ਦੀ ਸੀ ਉਸ ਸਮੇਂ, 7 ਮਹੀਨੇ ਦਾ ਘੇਰਾ ਸੀ, ਜੂਨ ਜੁਲਾਈ ਤੋਂ ਸ਼ੁਰੂ ਹੋਇਆ ਤੇ ਦਸੰਬਰ ਤੱਕ ਚੱਲਿਆ, ਤੁਹਾਨੂੰ ਸੁਣਾਇਆ ਹੈ। ਬਾਬਾ ਫਤਿਹ ਸਿੰਘ ਨੇ ਕਿਹਾ ਵੱਡੇ ਵੀਰ ਜੀ ਘੁੱਟ ਕੇ ਜੱਫੀ ਪਾਉਣ ਨੂੰ ਜੀ ਕਰਦਾ, ਕੀ ਪਤਾ ਕੱਲ ਨੂੰ ਮਿਲੀਏ ਨਾ ਮਿਲੀਏ। ਗੁਰਮੁਖ ਪਿਆਰਿਓ ਉਹ ਅਲੱਗ ਹੋਏ, ਵਿਰਾਗਮਈ ਹੈ, ਪਰ ਇੱਕ ਗੱਲ ਯਾਦ ਰੱਖਿਓ, ਉਹਦੇ ਵਿੱਚ ਵੀ ਗੁਰੂ ਦਾ ਹੁਕਮ ਸੀ। ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਸਤੀ ਸਿੰਘ ਜੀ ਸਾਹਮਣੇ ਖਲੋਤੇ ਨੇ, ਗੁਰੂ ਦਾ ਸਿੱਖ ਕਹਿੰਦਾ ਹੈ ਸ਼ਹੀਦ ਹੋਣ ਲੱਗਿਆ, ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਕਰ ਦਿਓ ਕਿਰਪਾ, ਕਹਿੰਦੇ ਦਿਓ ਹੁਕਮ ਤਾਂ ਦਿਓ, ਕਹਿੰਦੇ ਆ ਦਿੱਲੀ ਦੀ ਇੱਟ ਚੱਕ ਕੇ ਲਾਹੌਰ ਦੀ ਇੱਟ ਨਾਲ ਇੱਟ ਕਿਉਂ ਨਾ ਖੜਕਾ ਦਵਾਂ, ਕਹਿੰਦਾ ਹੁਕਮ ਦੇ। ਗੁਰੂ ਤੇਗ ਬਹਾਦਰ ਮਹਾਰਾਜ ਦੇ ਮਹਾਰਾਜਾ ਦੇਖੇ ਮੇਰੇ ਗੁਲਾਮ ਨੇ, ਹਿੰਮਤ ਇੱਡੀਆਂ ਇੱਡੀਆਂ ਕਿੱਥੋਂ ਆ ਗਈ ਇਹਨਾਂ ਦੇ ਵਿੱਚ। ਗੁਰਬਾਣੀ ਹਿੰਮਤ ਦੇਣ ਵਾਲੀ ਹੈ, ਜਿੱਥੋਂ ਅਸੀਂ ਪਰੇ ਹੋਏ ਬੈਠੇ ਹਾਂ, ਗੁਰਬਾਣੀ ਸਾਡਾ ਮਨ ਤਨ ਥੱਲੇ ਡੇਗਦੀ ਹੈ, ਸਾਨੂੰ ਔਕਾਤ ਦਿਖਾਉਂਦੀ ਹੈ ਕਿ ਤੇਰੀ ਔਕਾਤ ਕੀ ਹੈ। ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੇਖੀ ਭਾਈ ਕੀ ਹੋ ਗਿਆ, ਇੰਨਾ ਜੋਸ਼ ਤੇਰੇ ਵਿੱਚ? ਕਹਿੰਦੇ ਮਹਾਰਾਜ ਤੁਸੀਂ ਗੰਨਾ ਛੱਕ ਰਹੇ ਸੀ, ਉਹ ਜੂਠਾ ਗੰਨਾ ਰੱਖ ਦਿੱਤਾ ਥੱਲੇ, ਮੈਂ ਉਹ ਜੂਠਾ ਗੰਨਾ ਉਹ ਛੱਕ ਲਿਆ। ਮਹਾਰਾਜ ਤੁਹਾਡੀ ਜੂਠ ਨੇ ਮੈਨੂੰ ਸ਼ਕਤੀ ਦੇ ਦਿੱਤੀ ਬਹੁਤ ਜ਼ਿਆਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੂੰ ਜੂਠਾ ਖਾ ਕੇ ਇੱਕ ਤਿਨਕਾ ਸ਼ਕਤੀ ਨਾਲ ਛਾਲਾਂ ਮਾਰਦਾ, ਮੇਰੇ ਕੋਲੋਂ ਸ਼ਕਤੀਆਂ ਦਾ ਸਮੁੰਦਰ ਹੈ, ਗੁਰੂ ਨਾਨਕ ਦੇ ਘਰ ਦਾ ਸਮੁੰਦਰ ਹੈ ਮੇਰੇ ਕੋਲੇ, ਸੋਚ ਮੈਂ ਕੀ ਨਹੀਂ ਕਰ ਸਕਦਾ। ਪਰ ਇਸ ਵੇਲੇ ਹੁਕਮ ਸ਼ਹੀਦੀ ਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਹਜੇ ਹੁਕਮ ਸ਼ਹੀਦੀ ਦਾ। ਨੌ ਸਾਲ ਦੀ ਉਮਰ ਹੋਵੇ ਤੇ ਆਪਣੇ ਪਿਓ ਨੂੰ ਤੋਰਨਾ ਹੋਵੇ ਸ਼ਹੀਦੀ ਪਾਉਣ ਵਾਸਤੇ, ਮੈਂ ਕਿਹਾ ਕਮਾਲ ਹੋ ਗਈ। ਇੱਕ ਮੈਨੂੰ ਬੀਬੀ ਮਿਲੀ, ਮੈਨੂੰ ਮਾਤਾ ਕਹਿੰਦੀ ਸ਼ੀ ਵਾਸ ਟੂ ਐਜੂਕੇਟਡ, ਮਤਲਬ ਕੁਛ ਜ਼ਿਆਦਾ ਹੀ
ਜਿੰਨਾ ਵੀ ਨਹੀਂ ਹੋਣਾ ਚਾਹੀਦਾ। ਪੜ੍ਹਾਈ ਦੇਖੋ ਗੁਰਮੁਖ ਪਿਆਰੇ, ਮੈਂ ਆਮ ਤੌਰ ਤੇ ਗੱਲ ਕਹਿਣਾ ਹੁੰਦਾ ਕਿ ਹੰਕਾਰ ਦਾ ਜਿਹੜਾ ਬੀ ਹੈ ਨਾ, ਬੀ ਉਹ ਗਿਆਨ ਹੈ। ਹੰਕਾਰ ਨੂੰ ਜਨਮ ਦੇਣ ਵਾਲਾ ਗਿਆਨ ਹੁੰਦਾ ਹੈ। ਜਿਹਦੇ ਕੋਲ ਪੂਰਾ ਗਿਆਨ ਆ ਜਾਣਾ, ਉਹ ਹੰਕਾਰੀ ਬਣ ਜਾਂਦਾ, ਉਹ ਝੁਕਣੋਂ ਹੀ ਹਟ ਜਾਂਦਾ। ਪਰ ਇੱਥੇ ਤਾਂ ਜਿਹੜਾ ਝੁੱਕ ਕੇ ਆਉਂਦਾ ਉਹਨੂੰ ਹੀ ਸਲਾਮਾਂ ਨੇ, ਜਿਹੜਾ ਸਿਰ ਚਾੜ ਕੇ ਉਸ ਨੂੰ ਪਤਾ ਕਿ ਕੀ ਹਾਲਤਾਂ ਹੋਈਆਂ ਸਭ ਦੀ। ਇਹ ਝੁੱਕ ਕੇ ਆਉਣ ਦਾ ਦਰ ਹੈ, ਇੱਥੇ ਸਿਰ ਉੱਚਾ ਕਰਕੇ ਨਹੀਂ ਆਈਦਾ। ਗੁਰਮੁਖ ਪਿਆਰੀ ਸਾਧ ਸੰਗਤ ਜੀ, ਹਾਲਾਂਕਿ ਮੂਲ ਮੰਤਰ ਨੇ ਸਾਨੂੰ ਰੱਬ ਦਿਖਾ ਦਿੱਤਾ ਕਿੱਦਾਂ ਦਾ ਹੁੰਦਾ ਹੈ, ਕਿਹੋ ਜਿਹਾ ਹੁੰਦਾ ਹੈ, ਪਰ ਇਹ ਵੀ ਗੱਲ ਯਾਦ ਰੱਖਿਓ, ਪਰਮਾਤਮਾ ਜਿੱਦਾਂ ਦਾ ਵੀ ਹੈ, ਜਦੋਂ ਤੂੰ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੇਗਾ, ਆਪਣੇ ਸਰੀਰ ਉੱਤੇ ਕੰਮ ਕਰੇਗਾ, ਦੇਖੋ ਬਾਹਰ ਤਾਂ ਲੱਭਣਾ ਨਹੀਂ। ਭਾਗਵਤ ਗੀਤਾ, ਭਗਵਤ ਗੀਤਾ ਪੜ੍ਹ ਲਿਓ, ਉਹ ਦੋਨਾਂ ਦੇ ਵਿੱਚ ਰਾਧਾ ਦਾ ਨਾਮ ਨਹੀਂ ਹੈ, ਰਾਧਾ ਸਾਨੂੰ ਨਾਮ ਨਹੀਂ ਮਿਲਣਾ ਉਹਦੇ ਵਿੱਚ। ਪਰ ਸਨਾਤਨ ਧਰਮ ਬਹੁਤ ਪ੍ਰੇਮ ਨਾਲ ਰਾਧਾ ਦਾ ਨਾਮ ਜਪਦਾ ਹੈ। ਰਾਧਾ ਦਾ ਮਤਲਬ ਕੀ ਹੈ? ਹਾਲਾਂਕਿ ਇਹਦੀ ਜਿਹੜੀ ਵਿਆਖਿਆ ਕਾਫੀ ਗੁਰਸਿੱਖਾਂ ਨੇ ਕੀਤੀ ਹੈ, ਓਸ਼ੋ ਵਰਗਿਆਂ ਨੇ ਕੀਤੀ ਹੈ, ਪਰ ਜਿਹੜੀ ਸਭ ਤੋਂ ਸੋਹਣੀ ਵਿਆਖਿਆ ਲੱਗੀ ਹੈ ਕਿ ਧਾਰਾ, ਧਾਰਾ ਬਾਹਰ ਨੂੰ ਵਹਿੰਦੀ ਹੈ, ਜਦੋਂ ਬਾਹਰ ਨੂੰ ਵਹਿੰਦੀ ਧਾਰਾ ਨੂੰ ਅੰਦਰ ਨੂੰ ਮੋੜ ਲੈਂਦੇ ਹਾਂ, ਧਾਰਾ ਨੂੰ ਉਲਟਾ ਕਰ ਦਿੰਦੇ ਹਾਂ, ਉਹ ਰਾਧਾ ਬਣ ਜਾਂਦਾ। ਗੁਰਬਾਣੀ ਕੀ ਕਹਿੰਦੀ ਹੈ? ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਿ ਜੋ ਇਸ ਸੰਸਾਰ ਦੇ ਵਿੱਚ ਹੈ ਨਾ, ਚਾਹੇ ਵੱਡੇ ਵੱਡੇ ਤਖਤ ਨੇ, ਵੱਡੇ ਵੱਡੇ ਗੁਰਦੁਆਰੇ ਨੇ, ਵੱਡੇ ਵੱਡੇ ਧਰਮਸ਼ਾਲਾਵਾਂ ਨੇ, ਵੱਡੀਆਂ ਵੱਡੇ ਤੀਰਥ ਨੇ, ਜੋ ਵੀ ਕੁਝ ਹੈ, ਵੱਡੇ ਤੋਂ ਵੱਡਾ ਸਰੋਵਰ ਹੈ, ਉਹ ਸਭ ਕੁਝ ਤੇਰੇ ਅੰਦਰ ਹੈ। ਘਰ ਘਰ ਅੰਦਰ ਧਰਮਸ਼ਾਲਾ, ਸਭ ਕੁਝ ਤੇਰੇ ਅੰਦਰ ਹੈ, ਤੂੰ ਲੱਭਦਾ ਬਾਹਰ ਫਿਰਦਾ। ਹੁਣ ਮੇਰੇ ਵਰਗੇ ਦੇ ਪੈਰਾਂ ਵਿੱਚੋਂ ਤੂੰ ਵਾਹਿਗੁਰੂ ਨੂੰ ਲੱਭੇਗਾ, ਮੇਰੇ ਵਰਗਿਆਂ ਦੇ ਨੇਤਰਾਂ ਚੋਂ ਵਾਹਿਗੁਰੂ ਨੂੰ ਲੱਭੇਗਾ? ਨਹੀਂ ਮਿਲਣਾ, ਉਹਨੇ ਅੰਦਰੋਂ ਮਿਲਣਾ। ਮੇਰੇ ਵਰਗਾ ਸਮਝਾ ਸਕਦਾ? ਲਾ ਵੀ ਸ਼ੁਰਤੀ ਬੋਲ ਸਤਨਾਮ ਸ੍ਰੀ ਵਾਹਿਗੁਰੂ, ਇੰਨੀ ਗੱਲ ਕਹਿ ਸਕਦਾ ਹੈ। ਮੇਰਾ ਕੰਮ ਹੈ ਜਾਗ ਲਾਉਣਾ, ਜੰਮਣਾ ਤੂੰ ਆਪ ਹੈ, ਇਹ ਕੰਮ ਤੇਰਾ ਰੱਬ ਦਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਮਸਕਤ ਘਾਲਣੀ ਪੈਂਦੀ ਹੈ। ਆਈ ਨੀ ਕਿ ਇੱਕ ਦਿਨ ਚੌਂਕੜਾ ਮਾਰਿਆ ਤੇ ਵਾਹਿਗੁਰੂ ਮਿਲ ਜਾਊ, ਇਹ ਤਾਂ ਜਨਮਾਂ ਜਨਮਾਂ ਦੀ ਗੱਲ ਹੈ। ਪਰ ਇੱਕ ਗੱਲ ਯਾਦ ਰੱਖਿਓ, ਜੇ ਹੁਣ ਤੁਸੀਂ ਇਨਸਾਨ ਰੂਪ ਵਿੱਚ ਸੁਣਦੇ ਹੋ ਨਾ ਇਸ ਸਮੇਂ, ਇਹਦਾ ਮਤਲਬ ਇਹ ਹੈ ਕਿ ਮਹਾਰਾਜ ਨੇ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ, ਕਹਿ ਰਵਿਦਾਸ, ਆਸ ਲਗ ਜੀਵਾ ਚਿਰ ਪਿਓ ਦਰਸ਼ਨ। ਇਹ ਗੁਰੂ ਰਵਿਦਾਸ ਦੀ ਤੜਫ ਹੈ, ਇਹ ਸਾਡੀ ਵੀ ਤੜਫ ਹੋਣੀ ਚਾਹੀਦੀ ਹੈ ਕਿ ਮਹਾਰਾਜ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਤੇਰੇ ਤੋਂ, ਹੁਣ ਕਿਉਂ ਦੂਰ ਰੱਖਿਆ ਮੈਨੂੰ? ਆਈ ਐਮ ਫੈਡ ਅਪ ਆਫ ਦਿਸ ਲਾਈਫ,
ਜੰਮੋ ਵੱਡੇ ਹੋਵੋ, ਵੱਡੇ ਹੋ ਕੇ ਵਿਆਹ ਕਰਾਓ, ਫਿਰ ਪਰਿਵਾਰ ਨੂੰ ਪਾਲੀ ਜਾਓ, ਫਿਰ ਬੱਚਿਆਂ ਨੂੰ ਪਾਲੀ ਜਾਓ, ਬੁੜੇ ਹੋ ਕੇ ਮਰ ਜਾਓ, ਇਹ ਕੀ ਹੈ? ਇਹ ਜ਼ਿੰਦਗੀ ਹੈ? ਨਹੀਂ, ਗੁਰਪਾਤਸ਼ਾਹ ਕਹਿੰਦੇ ਇਹ ਤੇਰੀ ਜ਼ਿੰਦਗੀ ਨਹੀਂ, ਤੇਰੇ ਫਰਜ਼ ਨੇ। ਰਾਜ ਮਹਿ ਰਾਜਾ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਕ੍ਰਿਸ਼ਨ ਮਹਿ ਭੋਗੀ। ਇਹ ਤੇਰੇ ਫਰਜ਼ ਨੇ। ਕਿਤੇ ਛੱਡ ਕੇ ਆਪਣੇ ਫਰਜ਼ਾਂ ਨੂੰ ਕਹਿੰਦੇ ਮੈਂ ਤਾਂ ਬਣ ਗਿਆ ਸਾਧ, ਮੈਂ ਤਾਂ ਬਣ ਗਈ ਸਾਧਨੀ। ਏਦਾਂ ਨਹੀਂ ਗੁਰਮਤ ਵਾਲਾ ਜੀਵਨ ਚੱਲਦਾ, ਜੋਗੀਆਂ ਦਾ ਜੀਵਨ ਇਹ ਹੋ ਸਕਦਾ। ਘਰ ਪਰਿਵਾਰ ਛੱਡ ਕੇ ਬਹਿ ਜਾਣਾ, ਇਹ ਜੋਗੀਆਂ ਦਾ ਜੀਵਨ ਹੋ ਸਕਦਾ ਹੈ, ਗੁਰਸਿੱਖ ਦਾ ਜੀਵਨ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਬਹੁਤ ਸੌਖੀ ਕਰ ਦਿੱਤੀ ਮੁਕਤੀ, ਬਹੁਤ ਸੌਖੀ, ਸੱਚ ਕਹਿ ਰਹੇ। ਨਾ ਸਾਨੂੰ ਤੀਰਥਾਂ ਤੇ ਨਹਾਉਣ ਦੀ ਲੋੜ, ਨਾ ਸਾਨੂੰ ਵਰਤ ਰੱਖਣ ਦੀ ਲੋੜ, ਨਾ ਸਾਨੂੰ ਮੁੰਡਨ ਕਰਾਉਣ ਦੀ ਲੋੜ। ਸਾਨੂੰ ਕਰਾਉਣ ਕਰਨ ਦੀ ਕੀ ਲੋੜ ਹੈ? ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਕੰਮ ਹੀ ਖਤਮ ਕਰ ਦਿੰਦਾ। ਕੋਈ ਵੱਡੇ ਪਖੰਡ ਕਰਨ ਦੀ ਲੋੜ ਹੀ ਨਹੀਂ। ਮਹਾਰਾਜ ਕਹਿੰਦੇ ਡੂ ਵਟ ਐਵਰ ਯੂ ਵਾਂਟ ਟੂ ਡੂ, ਬਟ ਡੂ ਇਟ ਵਿਦ ਫੁੱਲ ਕੌਨਸ਼ੀਅਸਨੈਸ। ਪੂਰਾ ਧਿਆਨ ਹੋਵੇ ਕੰਮ ਦੇ ਵਿੱਚ ਤੇਰਾ। ਉਹ ਕੰਮ ਕਰਦੇ ਹੋਏ ਤੈਨੂੰ ਇਹ ਚੀਜ਼ ਦਾ ਗਿਆਨ ਹੋਵੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਕਿ ਪਰਮਾਤਮਾ ਤੋਂ ਬਿਨਾਂ ਇੱਥੇ ਕੁਛ ਨਹੀਂ। ਜੋ ਚੀਜ਼ ਮੇਰੇ ਹੱਥ ਵਿੱਚ ਹੈ ਇਹ ਵੀ ਪਰਮਾਤਮਾ ਇਹਦੇ ਵਿੱਚ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂਵਸੈ ਸੰਤਨ ਕਹਿਓ ਪੁਕਾਰ। ਪਰਮਾਤਮਾ ਘਟ ਘਟ ਵਿੱਚ ਵਸਣ ਵਾਲਾ ਹੈ, ਸਭ ਕੁਝ ਦੇਖਣ ਵਾਲਾ ਹੈ, ਕਰਤਾ ਇੱਕ ਹੈ, ਇਹ ਵੀ ਉਹਦੇ ਹੁਕਮ ਚ ਹੈ। ਸਾਹਿਬਜ਼ਾਦੇ 5.5 ਸਾਲ ਦੀ ਉਮਰ ਦੇ ਵਿੱਚ ਕਿਸੇ ਤੋਂ ਮੈਨੂਪਲੇਟ ਕਿਉਂ ਨਹੀਂ ਹੋਏ, ਕਿਸੇ ਦੀਆਂ ਗੱਲਾਂ 'ਚ ਕਿਉਂ ਨਹੀਂ ਆਏ? ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਸੀ ਕਿ ਮਰਨਾ ਹਮੇਸ਼ਾ ਦਾ ਨਹੀਂ, ਇਸ ਤੋਂ ਬਾਅਦ ਜਾ ਕੇ ਅਕਾਲ ਪੁਰਖ ਦੀ ਗੋਦੀ ਦਾ ਆਨੰਦ ਮਾਣਾਂਗੇ ਅਸੀਂ। ਗੱਲ ਚੱਲ ਰਹੀ ਸੀ, ਇੱਕ ਭੈਣ ਮੈਨੂੰ ਕਹਿੰਦੀ ਆ ਕੇ ਕਹਿੰਦੀ ਚੰਗੇ ਭਲੇ ਸਾਹਿਬਜ਼ਾਦੇ ਮਰਵਾਤੇ, ਉਹਨਾਂ ਨੂੰ ਕੀ ਲੋੜ ਸੀ ਬ੍ਰੇਨ ਵਾਸ਼ ਕਰਨ ਦੀ? ਮੈਂ ਕਿਹਾ ਕਿਹਨੇ ਬ੍ਰੇਨ ਵਾਸ਼ ਕੀਤਾ? ਕਹਿੰਦੇ ਮਾਤਾ ਗੁਜਰੀ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦਿਆਂ ਦਾ ਬ੍ਰੇਨ ਵਾਸ਼ ਕੀਤਾ, ਉਹਨਾਂ ਦੇ ਦਿਮਾਗ 'ਚ ਗੱਲਾਂ ਭਰੀਆਂ। ਮੈਂ ਕਿਹਾ ਜੇ ਗੱਲਾਂ ਭਰੀਆਂ ਹੁੰਦੀਆਂ, ਬ੍ਰੇਨ ਵਾਸ਼ ਹੁੰਦਾ, ਉਹ ਤਾਂ ਛੋਟੇ ਛੋਟੇ ਬੱਚੇ ਸੀ। ਜਦੋਂ ਮਾਤਾ ਗੁਜਰੀ ਦੀਆਂ ਅੱਖਾਂ ਉੱਤੇ ਮਿਰਚਾਂ ਮਲ ਕੇ ਮੂੰਹ ਤੇ ਬੋਰੀ ਪਾ ਕੇ ਮਰਿੰਡੇ ਲੈ ਕੇ ਜਾ ਰਿਹਾ ਸੀ ਗੰਗੂ ਪਾਪੀ, ਆਪਣੀ ਦਾਦੀ ਦੀ ਹਾਲਤ ਦੇਖ ਕੇ ਬੱਚੇ ਉਦੋਂ ਹੀ ਕਹਿ ਦਿੰਦੇ? ਨੂੰ ਕਿਸੇ ਨੇ ਸਿਖਾਇਆ ਹੀ ਸੀ, ਜੇ ਸਾਹਿਬਜ਼ਾਦਿਆਂ ਨੂੰ ਕਿਸੇ ਨੇ ਮੈਨੂਪਲੇਟ ਕੀਤਾ ਸੀ, ਜਾਂ ਕਹਿ ਲਓ ਸਾਹਿਬਜ਼ਾਦਿਆਂ ਦੇ ਦਿਮਾਗ 'ਚ ਕਿਸੇ ਨੇ ਗੱਲਾਂ ਭਰੀਆਂ ਸੀ, ਜਦੋਂ ਸਾਹਿਬਜ਼ਾਦਿਆਂ ਨੂੰ ਬੰਨ ਕੇ ਗਲੀਲਾਂ ਦੇ ਵਾਰ ਹੋਏ, ਪੱਥਰ ਮਾਰੇ ਨੇ ਖਿੱਚ ਖਿੱਚ ਕੇ, ਸਾਹਿਬਜ਼ਾਦੇ ਉਦੋਂ ਹੀ ਮੰਨ ਜਾਂਦੇ? ਸਾਧ ਸੰਗਤ ਜੀ, ਜੇ ਸਾਹਿਬਜ਼ਾਦੇ ਕਿਸੇ ਦੀਆਂ ਗੱਲਾਂ ਚ ਆਏ ਹੋਏ ਸੀ, ਜਦੋਂ ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਦਾ ਡੇਲਾ ਬਾਹਰ ਨਿਕਲ ਗਿਆ ਸੀ, ਸਾਹਿਬਜ਼ਾਦੇ ਉਦੋਂ ਹੀ ਮੰਨ ਜਾਂਦੇ, ਤਕਲੀਫ ਨਾ ਝੱਲਦੇ? ਪਰ ਨਹੀਂ, ਉਹਨਾਂ ਤੇ ਆਸ਼ੀਰਵਾਦ ਦੇਣ ਵਾਲਾ ਉਹ ਅਕਾਲ ਪੁਰਖ ਸਤਨਾਮ ਸ੍ਰੀ ਵਾਹਿਗੁਰੂ ਸੀ।
ਜਿਸ ਨੇ ਸਾਹਿਬਜ਼ਾਦਿਆਂ ਦੀ ਰੱਖੀ ਹੈ, ਜਿਸ ਨੇ ਸਾਹਿਬਜ਼ਾਦਿਆਂ ਤੇ ਮਿਹਰ ਭਰਿਆ ਹੱਥ ਰੱਖਿਆ। ਇਥੋਂ ਇਹ ਪਤਾ ਲੱਗਦਾ ਸਾਧ ਸੰਗਤ, ਅਸੀਂ ਉਮਰਾਂ ਚ ਪੈ ਜਾਂਦੇ ਹਾਂ ਕਿ ਮੇਰੀ ਦਾੜੀ ਚਿੱਟੀ ਹੋ ਗਈ, ਮੇਰੀ ਦਾੜੀ ਕਾਲੀ ਹੋ ਗਈ, ਮੈਂ ਨੌਜਵਾਨ ਆ, ਮੈਂ ਪਤਾ ਨੀ ਬੁੜਾ। ਉਹ ਭਾਈ ਗੁਰਸਿੱਖ ਜੰਮਦਾ ਹੀ ਬੁੜਾ ਹੁੰਦਾ, ਜੰਮਦਾ ਹੀ ਗੁਰਸਿੱਖ ਬੁੜਾ ਹੁੰਦਾ। ਮੇਰੀ ਭੈਣ ਜੰਮਦੀ ਬੁੜੀ ਹੁੰਦੀ ਹੈ ਜਦੋਂ ਗੁਰਸਿੱਖੀ ਵਾਲਾ ਜੀਵਨ ਹੋਵੇ। ਉਹ ਨੌਜਵਾਨ ਨੀ ਬਣਦੀ, ਉਹ ਨੌਜਵਾਨੀ ਦੀ ਉਮਰ ਚ ਨੀ ਆਉਂਦੀ, ਕਿਉਂਕਿ ਗੁਰਮੁਖ ਪਿਆਰੇ ਹੋ ਕਦੇ ਭੁਲੇਖੇ ਚ ਰਹਿ ਜਾਓ। ਸਾਹਿਬਜ਼ਾਦੇ ਵੀ ਬੁੱਢੇ ਹੀ ਸਨ, ਉਹਨਾਂ ਨੂੰ 5.5 ਸਾਲ ਦਾ, 7, 8, 9 ਸਾਲਾਂ ਦਾ ਸਮਝਣ ਦੀ ਗਲਤੀ ਨਾ ਕਰੀਏ। ਗੁਰੂ ਅਮਰਦਾਸ ਮਹਾਰਾਜ ਕਿੱਡੀ ਉਮਰ ਹੈ, ਬਜ਼ੁਰਗ ਨੇ, ਉਹਨਾਂ ਨੂੰ ਜਾ ਕੇ ਵੱਡੀ ਉਮਰ ਦੇ ਵਿੱਚ ਬਖਸ਼ਿਸ਼ ਮਿਲੀ, ਉਦੋਂ ਵੀ ਬੁੱਢੇ ਨੇ। ਗੁਰੂ ਹਰਕ੍ਰਿਸ਼ਨ ਮਹਾਰਾਜ ਛੋਟੀ ਉਮਰ ਚ ਨੇ, ਛੋਟੀ ਉਮਰ ਚ ਗੁਰਿਆਈ ਮਿਲੀ, ਤਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਉਦੋਂ ਵੀ ਬੁੱਢੇ ਹੀ ਨੇ। ਇਹ ਕਦੇ ਨਾ ਸੋਚੋ ਕਿ ਗੁਰੂ ਪਾਤਸ਼ਾਹ ਕਦੇ ਨੌਜਵਾਨ ਹੋ ਗਏ, ਕਦੇ ਬੁੱਢੇ ਹੋ ਗਏ। ਇਹ ਉਮਰ ਸਾਡੇ ਵਾਸਤੇ ਹੈ, ਇਹ ਉਮਰ ਅਸੀਂ ਦੇਖ ਸਕਦੇ ਹਾਂ, ਇਹ ਉਮਰ ਉਹ ਨਹੀਂ ਦੇਖ ਸਕਦਾ। ਉਹ ਮਾਲਕ ਲਈ ਬਖਸ਼ਿਸ਼ ਸਭ ਕੁਛ ਹੈ, ਉਮਰ ਸਭ ਕੁਝ ਨਹੀਂ। ਯਾਦ ਰੱਖਿਓ, ਜਿਸ ਦੇ ਉੱਤੇ ਮਿਹਰ ਹੁੰਦੀ ਹੈ ਉਹਨੂੰ ਸਭ ਕੁਝ ਮਿਲਦਾ ਹੈ ਭਾਈ, ਉਸਦੇ ਝੋਲੀ ਸਭ ਕੁਝ ਪੈਂਦਾ ਹੈ। ਜਿਵੇਂ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਜਿਹੜਾ ਵਾਹਿਗੁਰੂ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲੇ, ਮਸਕਤ ਘਾਲਣੀ ਪੈਂਦੀ ਹੈ। ਏਦਾਂ ਨਹੀਂ ਗੁਰਮੁਖ ਪਿਆਰਿਓ ਕਿ ਇਹ ਐਵੇਂ ਮਿਲ ਜਾਏਗਾ। ਜਪ ਜੀ ਸਾਹਿਬ ਕਰਨ ਵੇਲੇ ਅਸੀਂ ਕਹਿੰਦੇ ਹਾਂ ਮਹਾਰਾਜ ਸਾਡੀਆਂ ਝੋਲੀਆਂ ਭਰ ਦੇਈ, ਮੇਰੀ ਨੌਕਰੀ ਲਵਾ ਦੇਈ, ਫੇਰ ਜਪ ਜੀ ਸਾਹਿਬ। ਨਹੀਂ, ਬਿਨ ਮਾਂਗੈ ਮੋਤੀ ਮਿਲੈ, ਮਾਂਗੈ ਮਿਲੈ ਨਾ ਭੀਖ। ਇਹ ਦਰ ਇੱਦਾਂ ਦਾ ਗੁਰੂ ਨਾਨਕ ਦਾ, ਇੱਥੇ ਬਿਨ ਮੰਗੇ ਮੋਤੀ ਮਿਲਦੇ ਨੇ, ਪਰ ਮੰਗਣ ਵਾਲੀ ਹਾਲਤ ਤਾਂ ਹੋਵੇ। ਮੰਗਣਾ ਸਾਨੂੰ ਆਉਂਦਾ ਨਹੀਂ ਤੇ ਕਹਿਣਾ ਗੁਰੂ ਮਹਾਰਾਜ ਕੋਲੋਂ ਮਿਲਦਾ ਹੀ ਨਹੀਂ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਏ। ਇਹ ਘਰ ਤੋਂ ਤਾਂ ਸਭ ਕੁਝ ਮਿਲਦਾ ਹੈ, ਇਹ ਘਰ ਤੋਂ ਤਾਂ ਸਭ ਕੁਝ ਮਿਲ ਜਾਂਦਾ ਹੈ ਭਾਈ। ਏਦਾਂ ਹੀ ਪੜ੍ਹ ਲਿਓ ਬਿਨਾਂ ਸਾਜਾਂ ਤੋਂ। ਆਓ ਸੰਗਤ, ਇਹਦਾ ਮੌਕਾ ਮਿਲਿਆ ਆਪਾਂ ਨੂੰ। ਇਹ ਨਾ ਸੋਚੋ ਲਾਈਟ ਚਲੀ ਗਈ, ਕੁਛ ਵੀ ਹੋ ਜਾਏ ਹੁਕਮ ਮੰਨੋ ਕਿ ਹੁਕਮ ਹੈ। ਜਦੋਂ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ, ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਜੀ ਇਸ਼ਨਾਨ ਕਰਾਉਣਾ ਹੈ, ਕਹਿੰਦੇ ਮੀਂਹ ਰੋਕ ਕੇ ਆਇਆ ਪਿੱਛੇ, ਮੈਂ ਤੇਰੇ ਕੰਨੀ ਮੂੰਹ ਨਹੀਂ ਕਰਦਾ, ਤੂੰ ਕੁਦਰਤ ਦੇ ਅਸੂਲਾਂ ਤੋਂ ਪਰੇ ਚੱਲਿਆ। ਏਦਾਂ ਹੀ ਸਾਧੂ ਰਿਧੀਆਂ ਸਿੱਧੀਆਂ ਨੂੰ ਪੈਰਾਂ ਦੇ ਥੱਲੇ ਰੱਖਦਾ ਹੈ। ਰਿਧੀਆਂ ਸਿੱਧੀਆਂ ਤਾਂ 40 ਦਿਨ ਦਿਲ ਲਾ ਕੇ ਨਿਤਨੇਮ ਕਰ ਲੋ, ਤੁਹਾਡੇ ਆਲੇ ਦੁਆਲੇ ਨੱਚਦੀਆਂ ਫਿਰਨਗੀਆਂ। ਆ ਰਿਧੀਆਂ ਸਿੱਧੀਆਂ ਦੀਆਂ ਗੱਲਾਂ ਕਰਦੇ ਹੋ, ਇਹ ਰਿਧੀਆਂ ਸਿੱਧੀਆਂ ਤਾਂ ਸਾਧੂ ਆਪਣੇ ਪੈਰਾਂ ਚ ਰੱਖਦੇ ਨੇ। ਜਿਹੜੀ ਲਕਸ਼ਮੀ ਪਿੱਛੇ ਸਾਰੀ ਦੁਨੀਆਂ ਰੋਂਦੀ ਹੈ, ਉਹ ਲਕਸ਼ਮੀ ਸਾਧੂਆਂ ਦੇ ਪੈਰ ਦੱਬਦੀ ਫਿਰਦੀ ਹੈ। ਐ ਨਾ ਸਮਝੋ ਸਾਡੇ ਕੋਲ ਨਹੀਂ ਆਉਂਦੀ। ਗੁਰਸਿੱਖੀ ਵਾਲਾ ਜੀਵਨ ਤਾਂ ਆਪਣਾ, ਇਹ ਤਾਂ ਤੇਰੇ ਪੈਰਾਂ ਚ ਰੁਲਦੇ ਫਿਰਨਗੇ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਤੂੰ ਮਾਰਗ ਤਾਂ ਬਣ ਲੈ, ਤੂੰ ਸੱਚੇ ਮਾਰਗ ਤੇ ਦਾ ਚੱਲ ਕੇ ਦੇਖ, ਆਨੰਦ ਹੀ ਆਨੰਦ ਆ ਜਾਏਗਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਨਾ ਜੇ ਸਤਿਗੁਰ ਦੀ ਨਜ਼ਰ ਹੋਈ। ਦੇਖੋ ਮੂਲ ਮੰਤਰ ਦੇ ਵਿੱਚ ਸਹਿ ਭੰਗ ਤੱਕ ਆ ਜਾਓ,
ਗੁਰਮੁਖ ਪਿਆਰਿਓ ਮੂਲ ਮੰਤਰ ਦੇ ਵਿੱਚ ਸਹਿ ਭੰਗ ਤੱਕ ਆ ਜਾਓ। ਸਹਿ ਭੰਗ ਦਾ ਅਰਥ ਹੁੰਦਾ ਹੈ ਆਪਦੇ ਵਿੱਚੋਂ ਆਪ ਜਨਮ ਲੈਣ ਵਾਲਾ। ਮਨ ਹੋਇਆ ਹੈ ਉਸਨੂੰ ਕੋਈ ਜਨਮ ਦੇਣ ਵਾਲਾ ਜੰਮਿਆ ਨਹੀਂ ਅਕਾਲ ਪੁਰਖ। ਮਾਫ ਕਰਿਓ ਮੂਲ ਮੰਤਰ ਦੀ ਜੀ ਟੇਕ ਰੱਖਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਜਨਮ ਲਿਆ, ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਸਰੀਰ ਛੱਡਣਾ ਹੋਇਆ, ਦਸੇ ਪਾਤਸ਼ਾਹੀਆਂ ਦਾ ਜਨਮ ਹੋਇਆ, ਉਹਨਾਂ ਦਾ ਸਰੀਰ ਛੱਡਣਾ ਹੋਇਆ। ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਿਹੜਾ ਮੈਨੂੰ ਪਰਮੇਸ਼ਰ ਉਚਰੂ ਸੋ ਨਰਕ ਕੁਰ ਕੁੰਡ ਕੋ ਪਰ, ਜਿਹੜਾ ਮੈਨੂੰ ਰੱਬ ਕਹੂਗਾ ਉਹ ਨਰਕਾਂ ਨੂੰ ਜਾਊਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਾਧੂ ਮਹਾਤਮਾ ਨੇ ਇੱਡੀ ਗੱਲ ਕਹਿ ਦਿੱਤੀ, ਸਾਡੇ ਵਰਗੇ ਕੱਲ ਦੇ ਉੱਠ ਕੇ ਪੰਜ ਕਰਕੇ ਨਿਤਨੇਮ ਤੇ ਗੱਲਾਂ ਕਰਦੇ ਨੇ, ਮਹੀਂ ਰੱਬ ਨਹੀਂ, ਮੈਂ ਪਰਮਾਤਮਾ ਨਹੀਂ, ਮੈਂ ਪਰ ਪਰਮਾਤਮਾ ਵਰਗਾ ਆ। ਜੇ ਮੇਰਾ ਸਰੀਰ ਮੇਰੇ ਤੋਂ ਪਰੇ ਕਰ ਦੋ ਫਿਰ ਮੈਂ ਪਰਮਾਤਮਾ, ਇਸ ਸਰੀਰ ਨੂੰ ਪਰੇ ਕਰਕੇ ਮੈਨੂੰ ਮੰਨੋ ਫਿਰ ਮੈਂ ਪਰਮਾਤਮਾ ਆ, ਜੇ ਸਰੀਰ ਰੱਖ ਦਿੱਤਾ ਫਿਰ ਮੈਂ ਪਰਮਾਤਮਾ ਨਹੀਂ। ਸਰੀਰ ਕਰਮਾਂ ਰੂਪੀ ਚੋਲਾ ਹੈ, ਜਿਹੜੀ ਅੰਦਰ ਆਤਮਾ ਹੈ ਉਹ ਪਰਮਾਤਮਾ ਦੀ ਹੈ। ਸਭ ਮਹਿ ਜੋਤ ਜੋਤ ਹੈ ਸੋਏ ਦਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਜਿੰਨੇ ਤੁਸੀਂ ਬੈਠੇ ਹੋ, ਜੇ ਤੁਹਾਡੇ ਸਰੀਰ ਪਰੇ ਕਰ ਦਈਏ ਤੇ ਅੰਦਰ ਵਾਲੀ ਵਸਤੂ ਰੱਖ ਲਈਏ, ਤੁਸੀਂ ਵੀ ਪਰਮਾਤਮਾ ਹੈ। ਪਰ ਗੱਲ ਕੀ ਹੈ, ਲੱਭਣਾ ਹੀ ਨਹੀਂ, ਅੰਦਰ ਜਾਣਾ ਹੀ ਨਹੀਂ। ਇੱਥੇ ਕਨਕ ਕਟਕ ਜਲ ਤਰੰਗ ਜੈਸਾ, ਕਹਿੰਦੇ ਤੇਰੇ ਤੇ ਪਰਮਾਤਮਾ ਚ ਸਿਰਫ ਇੰਨਾ ਕੁ ਫਰਕ ਹੈ ਜਿਵੇਂ ਪਾਣੀ ਵਿੱਚ ਤਰੰਗ ਉੱਠ ਜੇ ਤੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ ਨਾ, ਅਸੀਂ ਵੀ ਉਦਾਂ ਦੇ, ਕੋਈ ਫਰਕ ਨਹੀਂ। ਇਹ ਚੀਜ਼ ਦੀ ਸਮਝ ਸੀ ਸਾਹਿਬਜ਼ਾਦਿਆਂ ਦੇ ਵਿੱਚ ਕਿ ਇਹਨਾਂ ਦੇ ਮਾਰਨ ਨਾਲ ਅਸੀਂ ਮਰਨ ਨਹੀਂ ਲੱਗੇ, ਇਹਨਾਂ ਦੇ ਕੁਛ ਕਰਨ ਦੇ ਨਾਲ ਸਾਨੂੰ ਹੋਣ ਨਹੀਂ ਲੱਗਿਆ, ਸਾਡੀ ਰੱਖਣ ਵਾਲਾ ਅਕਾਲ ਪੁਰਖ ਮਾਲਕ ਹੈ, ਸਾਡੂ ਬਣਾਉਣ ਵਾਲਾ ਅਕਾਲ ਪੁਰਖ ਮਾਲਕ ਹੈ। ਸਤ ਸੰਗਤ ਜੀ, ਜੇ ਮੈਂ ਕਿਹਾ ਨਾ ਬਿਨ ਮੰਗੈ ਮੋਤੀ ਮਿਲੈ, ਮੰਗੈ ਮਿਲੈ ਨਾ ਭੀਖ, ਇਹ ਅਵਸਥਾ ਹੈ। ਹੁਣ ਮੰਗਣ ਦਾ ਚੱਜ ਵੀ ਤਾਂ ਹੋਵੇ, ਕਈ ਮੰਗਤੇ ਦੇਖੇ ਆ ਨਾ ਪਿੱਛੇ ਪੈ ਜਾਂਦੇ ਨੇ, ਜਦੋਂ ਤੱਕ ਉਹਨਾਂ ਨੂੰ ਇੱਕ ਰੁਪਈਆ ਦੋ ਰੁਪਏ ਪੰਜ ਰੁਪਏ ਦਈਏ ਨਾ ਹਟਦੇ ਹੀ ਨਹੀਂ,